ਓਏ ਗੱਲ ਸੁਣ, ਕੱਲ ਦਵਿੰਦਰ ਦੇ ਪੈਸੇ ਦੇਣ ਗਈ ਹੈ, ਮੈਨੂੰ ਤੂੰ ਦੱਸਿਆ ਹੀ ਨਹੀਂ ਉਹਨੂੰ ਕਿੱਦਾਂ ਰੱਖ ਲਿਆ ਉਹਨਾਂ ਨੇ। ਹਾਂ, ਪੈਸੇ ਰੱਖਣ ਵਾਸਤੇ ਤੇ ਉਹ ਘਰ ਆਣ ਕੇ ਕਹਿ ਕੇ ਗਈ ਸੀ, ਉਹ ਤਾਂ ਖੁਸ਼ ਹੀ ਬੜੀ ਹੋਣੀ ਆ। ਭਾਜੀ ਵੀ ਘਰੇ ਸੀ ਤੇ ਸੁੱਖ ਵੀ ਉੱਥੇ ਹੀ। ਭਾਜੀ ਨੇ ਕਹਿ ਤਾ ਵੀ ਤੁਸੀਂ ਵਰਤ ਲੈਣੇ ਸੀ, ਬਾਅਦ 'ਚ ਵੇਖੀ ਜਾਂਦੀ। ਉਹਨਾਂ ਨੂੰ ਤਾਂ ਮੈਂ ਕਹਿ ਦਿੱਤਾ ਵੀ ਕੋਈ ਗੱਲ ਨਹੀਂ, ਘਰ ਆਏ ਪੈਸੇ ਖਾਧੇ ਜਾਂਦੇ ਆ, ਬਾਅਦ 'ਚ ਵੇਖੀ ਜਾਊ ਜੇ ਲੋੜ ਪਊਗੀ ਤੇ। ਪਰ ਗੱਲ ਇਹ ਆ ਵੀ ਸੁੱਖ ਉੱਥੇ ਹੀ, ਤੇ ਭਾਜੀ ਨੇ ਨਾਲ ਹੀ ਇੰਨੀ ਗੱਲ ਕਹਿ ਤੀ ਵੀ ਸਾਡੇ ਪੈਸੇ ਤੁਸੀਂ ਰੱਖ ਲੈਂਦੇ ਵਰਤ ਲੈਂਦੇ ਤੇ ਸੁੱਖ ਨੂੰ ਮੋੜ ਦਿੰਦੇ। ਸੁੱਖ ਕੋਲੋਂ ਮੈਂ ਤਾਂ ਉਹਨੇ ਪੈਸੇ ਪੜਦੇ ਨਾ ਦਿੱਤੇ ਸੀ, ਤੇ ਸੁੱਖ ਬੜੇ ਗੁੱਸੇ 'ਚ ਗਈ ਉੱਥੋਂ। ਹੁਣ ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਨ ਡਿਆ ਵਾ, ਐਂ ਲੱਗਦਾ ਵਾ ਕਿ ਜਾ ਕੇ ਮਾਤਾ ਨਾਲ ਬੋਲੀ ਹੋਊਗੀ ਜ਼ਰੂਰ। ਯਾਰ ਇਹ ਗੁੰਝਲਦਾਰ ਜੇ ਕੰਮ ਤੁਸੀਂ ਪਤਾ ਨਹੀਂ ਕੀ ਕੀਤੇ, ਮੈਂ ਤੁਹਾਨੂੰ ਕਹਿਣ ਡਿਆ ਵਾਂ ਉਹ ਕਰੇ ਤੇ ਕਢਾ ਲਿਆਓ ਜਿੰਨੇ ਪੈਸੇ ਆ, ਤੁਸੀਂ ਜਾਂਦੇ ਆ ਨਹੀਂ ਮਾਂ ਪੁੱਤ ਦੋਵੇਂ। ਅਸੀਂ ਤਾਂ ਉਹਨੂੰ ਕਢਾ ਲਿਆਵਾਂਗੇ, ਗੁੰਝਲਦਾਰ ਕੰਮ ਅਸੀਂ ਤਾਂ ਕੋਈ ਵੀ ਨਹੀਂ ਕੀਤਾ। ਮੰਮੀ ਨੇ ਸ਼ਾਇਦ ਪੜਦੇ ਨਾ ਦਿੱਤੇ ਸੀ ਤੇ ਭਾਜੀ ਦੇ ਮੂੰਹੋਂ ਨਿਕਲ ਗਿਆ। ਗੱਲ ਤਾਂ ਸਰਸਰੀ ਹੋਈ ਆ, ਹੋ ਸਕਦਾ ਨਾ ਵੀ ਕੋਈ ਗੱਲ ਹੋਈ ਹੋਵੇ, ਪਰ ਮੈਨੂੰ ਇਹ ਗੱਲ ਦਾ ਡਰ ਲੱਗਣ ਡਿਆ ਕਿ ਸੁੱਖ ਨੇ ਘਰ ਜਾ ਕੇ ਕਪਾਤ ਨਾ ਪਾਇਆ ਹੋਵੇ, ਕਿਉਂਕਿ ਉੱਥੋਂ ਗਈ ਬੜੇ ਗੁੱਸੇ 'ਚ ਹੀ ਉੱਠ ਕੇ। ਚੱਲ ਤੇਰੇ ਮਨ ਦਾ ਵਹਿਮ ਆ, ਜਿਹੋ ਜਿਹੀ ਗੱਲ ਹੋਈ ਹੁੰਦੀ ਤੇ ਹੁਣ ਤੱਕ ਮਾਤਾ ਨੇ ਦੱਸ ਦੇਣਾ ਸੀ। ਚੱਲ ਕੋਈ ਗੱਲ ਨਹੀਂ। ਹਾਂ ਬੀਜੀ ਆਏ ਤਾਂ ਨਹੀਂ ਕੱਲ੍ਹ ਤੇ, ਆਹੋ ਜੇ ਕੋਈ ਗੱਲਬਾਤ ਹੋਈ ਹੁੰਦੀ ਤਾਂ ਉਹਨਾਂ ਦੱਸ ਹੀ ਦੇਣਾ ਸੀ। ਬਾਕੀ ਸਾਨੂੰ ਨਹੀਂ ਚਾਹੀਦੇ ਕਿਸੇ ਦੇ ਵੀ ਪੈਸੇ, ਤੁਹਾਡੀ ਗੱਲ ਕੋਲੋਂ ਅਸੀਂ ਕੜੇ ਦੀ ਕਢਾ ਲੈਣੀ ਆ, ਜੇ ਥੋੜਨਗੇ ਤੇ ਦਿਮਾਗ ਹੀ ਖਰਾਬ ਕਰ ਦਿੱਤਾ ਵਾ ਹਧਾਰੇ ਪੈਸਿਆਂ ਨੇ ਤੇ। ਇਹਦੇ ਨੂੰ ਚੰਗੇ ਤਾਂ ਅਸੀਂ ਸੱਤ ਬਗਾਨੇ ਕੋਲ ਵੀ ਫੜ ਲੈਂਦੇ ਨਾ, ਤੇ ਉਹਨੇ ਵੀ ਕਿਸੇ ਨੇ ਕੋਈ ਗੱਲ ਨਹੀਂ ਕਰਨੀ, ਆਪਣਿਆਂ ਦਾ ਤਾਂ ਕੋਈ ਰਹਿ ਹੀ ਨਹੀਂ ਗਿਆ ਹੁਣ। ਚੱਲ ਠੀਕ ਆ, ਚੱਲ। ਮੈਂ ਨਹੀਂ ਪੀਣੀ ਮੰਮੀ ਚਾਹ। ਕਿਆ ਪੀਣੀ ਕਿਉਂ ਨਹੀਂ? ਮੇਰਾ ਨਹੀਂ ਦਿਲ ਕਰਦਾ ਮੰਮੀ ਚਾਹ ਪੀਣੀ। ਲੈ ਗੁਰੂ, ਹਜੇ ਤਾਂ ਢੇਰੀ ਢਾ ਕੇ ਬਹਿੰਦਾ ਤੇ ਫਿਰ ਤਾਂ ਬਸ ਹੋ ਗਿਆ ਕੰਮ। ਜ਼ਿੰਦਗੀ 'ਚ ਬੜੀਆਂ ਮੁਸ਼ਕਲਾਂ ਆਉਂਦੀਆਂ ਵਾ, ਸਾਨੂੰ ਸਾਹਮਣਾ ਕਰਨਾ ਚਾਹੀਦਾ ਵਾ। ਕਿੱਦਾਂ ਕਰਾਂ ਮੰਮੀ ਸਾਹਮਣਾ, ਤੁਸੀਂ ਦੱਸ ਦਿਓ। ਤੈਨੂੰ ਪਹਿਲਾਂ ਵੀ ਦੱਸਿਆ ਵਾ ਕਿ ਜਦੋਂ ਇਨਸਾਨ ਨੂੰ ਕੋਈ ਸਮਝ ਨਾ ਲੱਗੇ ਵੀ ਕੀ ਕਰਾਂ, ਤੇ ਮਹਾਰਾਜ ਤੇ ਛੱਡ ਦੇਣਾ ਚਾਹੀਦਾ ਵਾ। ਨਾ ਤੋ ਕੇ ਸੁਮਨੀ ਸਾਹਿਬ ਦਾ ਪਾਠ ਕਰ, ਹਜਦਾਂ ਨਹੀਂ ਢੇਰੀ ਢਾਈ ਦੀ ਹੋਈ ਦੀ, ਨਿਰਾਸ਼ ਨਹੀਂ ਹੋਈ ਦਾ। ਨਾਲੇ ਲੋਕ ਤੇ ਅੱਗੇ ਚਾਹੁੰਦੇ ਆ ਵੀ ਤੇਰਾ ਕੰਮ ਬਣੇ ਨਾ, ਕਰਕੇ ਵਿਖਾ ਲਈਦਾ ਹੋਈਦਾ ਵਾ, ਕਿਸੇ ਪਾਸੇ ਹੱਥ ਪੈਰ ਮਾਰੀਏ ਤੇ ਫਿਰ ਹੀ ਕੋਈ ਰਸਤਾ ਦੀਦਾ ਹੁੰਦਾ ਵਾ। ਹਜਦਾਂ ਅੰਦਰ ਵੜ ਕੇ ਢੇਰੀ ਢਾ ਕੇ ਬਹੇਗਾ ਤੇ ਫਿਰ ਪ੍ਰਬੰਧ ਹੋ ਜੂਗਾ ਪੈਸਿਆਂ ਦਾ। ਪਾਪਾ ਨੇ ਕਹਿ ਤਾ ਵਾ ਨਾਲੇ ਵੀ ਕੋਈ ਲੋੜ ਨਹੀਂ ਇੱਧਰ ਉੱਧਰੋਂ ਮੰਗਣ ਦੀ, ਚੁੱਪ ਕਰਕੇ ਤੇ ਮੇਰੇ ਕੜੇ ਤੇ ਕਢਾ ਲਿਆਓ। ਮੰਮੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਮੈਂ ਪਾਪਾ ਦੇ ਕੜੇ ਤੇ ਪੈਸੇ ਨਹੀਂ ਚੁੱਕਣੇ। ਗੌਰਵ ਅਸੀਂ ਕੋਈ ਵੇਚ ਨਹੀਂ ਦੇਣਾ, ਗਹਿਣੇ ਕਰਨਾ ਵਾ ਤੇ ਗਹਿਣੇ ਵਾਲੀ ਚੀਜ਼ ਨੂੰ ਜਦੋਂ ਸਾਡੇ ਕੋਲ ਪੈਸੇ ਹੋਣਗੇ ਅਸੀਂ ਛਡਾ ਲਾਂਗੇ। ਮੰਮੀ ਉਹ ਗੱਲ ਛੱਡੋ, ਦਾਦੀ ਆਏ ਕਿ ਨਹੀਂ ਕੱਲ ਦੇ? ਕੱਲ ਦੇ ਤਾਂ ਨਹੀਂ ਆਏ ਅਜੇ, ਉਹੀ ਤੇ ਗੱਲਾਂ ਮੈਂ ਪਾਪਾ ਨਾਲ ਕਰਨ ਡਈ ਹਾਂ। ਮੰਮੀ ਪੱਕਾ ਚਾਚੀ ਜੀ ਕੋ ਕਿਹਾ ਹੋਣਾ ਵਾ, ਦਾਦੀ ਜੀ ਤਾਂ ਹੀ ਨਹੀਂ ਆਏ, ਨਹੀਂ ਤੇ ਉਹਦੇ ਦਿਨ ਤੇ ਦੋ ਦੋ ਗੇੜੇ ਮਾਰ ਲੈਂਦੇ ਹੁੰਦੇ ਆ। ਪਰ ਜੇ ਕੋਈ ਗੱਲ ਹੋਈ ਹੁੰਦੀ ਨਾ ਤਾਂ ਉਹਨਾਂ ਜ਼ਰੂਰ ਆਉਣਾ ਸੀ। ਮੰਮੀ ਚਾਚੀ ਨੇ ਆਉਣ ਦਿੱਤਾ ਹੋਣਾ, ਤੁਸੀਂ ਇੱਕ ਵਾਰੀ ਜਾ ਕੇ ਆਓ, ਉਹ ਕੀ ਕਹਿਣਗੇ ਵੀ ਪੈਸੇ ਲੈ ਕੇ ਤੇ ਬਾਅਦ 'ਚ ਆਏ ਨਹੀਂ। ਗੌਰਵ ਤੁਹਾਨੂੰ ਤਾਂ ਪਤਾ ਹੀ ਆ ਉਹ ਗੱਲਾਂ ਨਹੀਂ ਚੰਗੀਆਂ ਕਰਦੀਆਂ, ਮੇਰਾ ਦਿਲ ਨਹੀਂ ਕਰਦਾ, ਨਾਲੇ ਮੈਂ ਜਾਊਂਗੀ ਨਾ ਤੇ ਸੜੀ ਬਲੀ ਨੇ ਮੇਰੇ ਵੀ ਗੱਲ ਹੀ ਪੈਣਾ। ਪਰ ਮੰਮੀ ਤੁਸੀਂ ਤਾਂ ਦਾਦੀ ਦੇ ਮੂੰਹ ਨੂੰ ਜਾਣਾ ਵਾ ਨਾ, ਤੁਹਾਨੂੰ ਉਹਨਾਂ ਨਾਲ ਕੀ, ਤੁਸੀਂ ਇੱਕ ਵਾਰ ਜਾ ਕੇ ਆਇਓ। ਜੇ ਤੂੰ ਜ਼ਿਆਦਾ ਕਹਿੰਦਾ ਤਾਂ ਹੋ ਆਉਂਦੀ ਆ, ਪਰ ਉਹਨੇ ਵੀ ਗੱਲਾਂ ਹੀ ਸੁਣਾਉਣੀਆਂ, ਮੇਰਾ ਜੀ ਤਾਂ ਨਹੀਂ ਕਰਦਾ ਜਾਣ ਨੂੰ। ਉਹ ਕੋਈ ਨਹੀਂ ਮੰਮੀ, ਜਾ ਆਓ, ਉਹਨਾਂ ਦੀ ਤਾਂ ਆਦਤ ਆ, ਉਹਨਾਂ ਤੇ ਬੋਲਣਾ ਹੀ ਆ। ਚੱਲ ਮੈਂ ਜਾਊਂਗੀ, ਫਿਰ ਪਹਿਲਾਂ ਚਾਹ ਪੀ। ਚਾਹ ਨਹੀਂ ਮੰਮੀ ਮੈਂ ਪੀਣੀ। ਉਹ ਚਾਹ ਪੀ ਲਾ, ਉੱਥੇ ਰੱਖ ਦੋ ਮੈਂ ਪੀ ਲੂੰਗਾ। ਚਾਹ ਪੀ ਲਾ ਤੇ ਨਹਾ ਕੇ ਪਾਠ ਕਰ। ਗੱਲ ਤਾਂ ਇਹਨਾਂ ਦੀ ਵੀ ਠੀਕ ਆ, ਮੈਨੂੰ ਇੱਦਾਂ ਢੇਰੀ ਢਾ ਕੇ ਨਹੀਂ ਬਹਿਣਾ ਚਾਹੀਦਾ, ਪਰ ਮੈਂ ਕਰਾਂ ਵੀ ਕੀ, ਮੈਨੂੰ ਤਾਂ ਕੁਝ ਸਮਝ ਨਹੀਂ ਆਉਣ ਡਿਆ। ਟੈਂਸ਼ਨ ਤਾਂ ਮੰਮੀ ਪਾਪਾ ਨੂੰ ਵੀ ਬਹੁਤ ਆ, ਪਰ ਮੈਨੂੰ ਹੌਸਲਾ ਦੇਣ ਦੇ ਚੱਕਰ 'ਚ ਉਹ ਆਪਣਾ ਦੁੱਖ ਵੀ ਨਹੀਂ ਬਿਆਨ ਕਰ ਪਾਉਂਦੇ, ਝੂਠਾ ਜਿਹਾ ਹਾਸਾ ਹੱਸਦੇ ਰਹਿੰਦੇ ਆ। ਬੀਜੀ ਤੁਸੀਂ ਆਏ ਨਹੀਂ ਕੱਲ੍ਹ ਨੂੰ, ਕੱਲ੍ਹ ਦੇ ਮੈਂ ਉਡੀਕਣ ਡਈ ਸੀ। ਆਉਣਾ ਮੈਂ ਕੀ ਸੀਗਾ, ਸਾਡੇ ਘਰ 'ਤੇ ਲੜਾਈ ਪਈ ਉਹਨਾਂ ਪੈਸਿਆਂ ਤੋਂ। ਲੜਾਈ ਪਈ? ਕਾਹਦੀ ਲੜਾਈ? ਜਿਹੜੇ ਮੈਂ ਤੁਹਾਨੂੰ ਦਿੱਤੇ ਆ। ਕਿਉਂ ਦੀਦੀ, ਹੋਰ ਚਾਹੀਦੇ ਪੈਸੇ ਹੁਣ? ਸੁੱਖ ਇਹ 'ਚ ਕਿਹੜੀ ਗੱਲ ਵਾ? ਕਿਉਂ ਇਹ 'ਚ ਗੱਲ ਹੀ ਕੋਈ ਨਹੀਂ, ਭਲਾ ਤੁਹਾਡੇ ਘਰੋਂ ਕੋਈ ਚੋਰੀ ਪੈਸੇ ਲਿਆਵੇ, ਤੁਹਾਨੂੰ ਪਤਾ ਨਾ ਹੋਵੇ ਤੇ ਇਕੱਲੇ ਭਾਜੀ ਕੋਲੋਂ ਲੈਵੇ ਤੇ ਤੁਹਾਨੂੰ ਭਲਾ ਗੁੱਸਾ ਨਾ ਆਵੇਗਾ? ਪਰ ਮੈਨੂੰ ਇਹ ਗੱਲ ਦਾ ਨਹੀਂ ਪਤਾ ਕਿ ਬੀਜੀ ਨੇ ਪੈਸੇ ਪੜਦੇ ਨਾ ਦਿੱਤੇ ਆ।
बाकी इन्होंने अपनी पेंशन चो दिते आ सुख अहीं कहड़ा पैसे च पानी पा लेना वा मुंडा कमाई करूगा तो आपे मोड़ दूगा गल पानी पाउण दी नहीं आ गल कपत पाउण दी आ जे पैसे चाहिए ही तो तुसीं मेरे को मंग लैंदे मैं कहड़ा तैनू देने नहीं ही सौखा ही मंगे बीजी ने अपनी मर्जी ना दिते आ अपने पोते नूं दिते आ ते जे तैनू इस गल की कोई नाराजगी आ ते अहीं तेरे भी मोड़ दिंदे आ पैसे मैं दिते आ इहदी कमाई ते नहीं मैं दिते भावे मेरी कमाई चो नहीं दिते दिते ते घर चो ही ना नाले मैं की लगदी तुहाडी जिहड़ा तुसीं मैनूं दसना 1000 रुपया कितने सिलेंडर वास्ते मंगो ना उदे ते तुसीं कहिंदे मेरे को है नहीं आ ऐदां निकल जांदे तुहाडे को चोरी छिपे देण नूं नाले आ हो गई इक मिनी जी ਉਹ ਤਾਂ ਉਹਨੂੰ ਖਾਈ ਜਾਂਦੀ ਆ ਇੱਧਰ ਤੁਹਾਨੂੰ ਖਾਈ ਜਾਂਦੀ ਆ ਨਾ ਇਹਨੇ ਦੱਸਣਾ ਕਿਸੇ ਨੂੰ ਜਿਹੜੀਆਂ ਤੁਹਾਡੀਆਂ ਨੀਤਾਂ ਮਾਰੀਆਂ ਨਾ ਇਹ ਨੀਤਾਂ ਦੀਆਂ ਮਾਰੀਆਂ ਦਾ ਫਲ ਮਿਲਣਾ ਹੀ ਤੁਹਾਨੂੰ ਤੂੰ ਕਿੱਥੇ ਉੱਠ ਬੈਠੀ ਆ ਬਹਿ ਜਾ ਨਹੀਂ ਬੀਜੀ ਚੱਲਾਂ ਤੇ ਨਾਲੇ ਸੁੱਖ ਠੀਕ ਕਹਿਣ ਡਈ ਆ ਤੁਸੀਂ ਪਹਿਲਾਂ ਸੁੱਖ ਨਾਲ ਸਲਾਹ ਕਰ ਲੈਂਦੇ ਆ ਮੈਂ ਸੁੱਖ ਨਾਲ ਐਵੇਂ ਸਲਾਹ ਕਰ ਲਈ ਸੁੱਖ ਕਿਹਦਾ ਜੋ ਆ ਮੈਂ ਉਹਦੀ ਸਲਾਹ ਲਵਾਂ ਉਹਦੀ ਮੈਂ ਖੱਟੀ ਕਮਾਈ ਨਹੀਂ ਵਰਤਣ ਚਲੋ ਕੋਈ ਗੱਲ ਨਹੀਂ ਮੈਂ ਜਾਵਾਂ ਘਰ ਆਉਣਾ ਕਿਸੇ ਨੇ ਨਾ ਕਦੇ ਚਾਹ ਨਾ ਪਾਣੀ ਨਹੀਂ ਆ ਜਾ ਬਹਿ ਜਾ ਨਹੀਂ ਬਹਿਣਾ ਕੀ ਆ ਹੈ ਬੜੀ ਤਬੀ ਪਈ ਕੀ ਆ ਵਾ ਦਿਮਾਗ ਖਰਾਬ ਕੀਤਾ ਪਿਆ ਇਹਨਾਂ ਨੇ ਕਿਹਨਾਂ ਨੇ सामने मेरी ला फा करके धरती पड़ देना दिते जे कि मेनू पता हुंदा ना ते तैनूं मैं दस दी ना मेनू धर्मना ही नहीं पता ओह ते किते तेरे भाजी ने सुनिया ਜਦੋਂ ਉੱਥੇ ਬੈਗ 'ਚ ਪੈਸੇ ਪੂਏ ਕਢਾ ਕੇ ਲਿਆਈ ਆ ਅਤੇ ਮੇਰੇ ਕੋਲ ਤਾਂ ਉਹਨੇ ਵੀ ਨਹੀਂ ਗੱਲ ਕੀਤੀ ਉਹ ਵੀ ਮੀਣਾ ਹੀ ਆ ਪੁੱਤ ਤਾਂ ਇਹਦਾ ਹੀ ਆ ਇਹਦੇ ਨਾਲ ਤਾਂ ਇੱਦਾਂ ਚਾਹੀਦੀ ਆ ਇਹਦੇ ਰਲ ਮਿਲ ਕੇ ਸਾਨੂੰ ਖਾਣ 'ਤੇ ਹੋਏ ਆ ਉਹੋ ਜਿਹੀ ਆ ਬੁੱਢਲੀ ਅਤੇ ਜੇ ਸੁੱਖ ਕਿਤੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਨਾ ਵੀ ਬੁੱਢਲੀ ਨੇ 20,000 ਰੁਪਈਆ ਦਿੱਤਾ ਅਤੇ ਮੈਂ ਤਾਂ ਤੇਰੇ ਕੰਨਾਂ 'ਚ ਉਦੋਂ ਹੀ ਖਬਰ ਕੱਢ ਦੇਣੀ ਸੀ ਗੱਲ ਪਹੁੰਚਾ ਦੇਣੀ ਤੈਨੂੰ ਪਤਾ ਨਾਲੇ ਮੇਰੇ ਢਿੱਡ 'ਚ ਗੱਲ ਪੱਜਦੀ ਆ ਜਿੱਦਾਂ ਮੈਂ ਆਪਣੇ ਕਢਾਏ ਉੱਦਾਂ ਮੈਂ ਤੇਰੇ ਕਢਾ ਦੇਣੇ ਸੀ ਰਹਿਣ ਦਿਓ ਦੀਦੀ ਮੈਨੂੰ ਤਾਂ ਲੱਗਦਾ ਤੁਸੀਂ ਸਾਰੇ ਰਲੇ ਜੇ ਤੁਸੀਂ ਸਾਰੇ ਰਲ ਮਿਲ ਕੇ ਮੈਨੂੰ ਸ਼ੈਤਾਨ ਬਣਾਉਣ ਦੇ ਜੇ ਨਾਲੇ ਮੈਂ ਕਿਸੇ ਨੂੰ ਕੀ ਕਹਿਣਾ ਜਦੋਂ ਆਪਣੇ ਘਰ ਨਹੀਂ ਚੰਗਾ ਤੂੰ ਵੀ ਨਿਆਣੇ ਵਾਲੀਆਂ ਗੱਲਾਂ ਕਰਨ ਡਈ ਆ ਰੱਬ ਨੂੰ ਜਾਣ ਦੇਣੀ ਆ ਜੇ ਕਿਤੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਤੇ ਭਲਾ ਤੇਰੇ ਮੈਂ ਕੰਨਾਂ 'ਚੋਂ ਗੱਲਾਂ ਕੱਢਦੀ ਨਾ ਨਹੀਂ ਨਾਲੇ ਤੇਰੇ ਉਹਨੇ ਕਿੱਥੇ ਮੇਰੇ ਨੇ ਬੰਦੇ ਨੇ ਗੱਲ ਕੀਤੀ ਆ ਉਹ ਵੀ ਮਾਂ ਵਰਗਾ ਮੀਣਾ ਜਿਹਾ ਵਾ ਉਹ ਉੱਥੇ ਗੱਲ ਸੁਣੀ ਤੇ ਉੱਥੇ ਛੱਡਤੀ ਕਿ ਕਿਤੇ ਇਹਦੇ ਕੰਨਾਂ 'ਚ ਕੱਢੀ ਤੇ ਇਹਨੇ ਜਾ ਸੁੱਖ ਨੂੰ ਦੱਸਣਾ ਤੇ ਸੁੱਖ ਦੇ ਸੁਭਾਅ ਦਾ ਆਉਂਦਾ ਤੈਨੂੰ ਪਤਾ ਹੀ ਆ ਨਾ ਕੁਛ ਗਾੜੀ ਤੇਰੇ ਬੋਲਣਾ ਉਹਨੇ ਕੀ ਬੋਲਣ ਜੋਗੀ ਤੇ ਮੈਂ ਛੱਡੀ ਨਹੀਂ ਮੈਂ ਫੇਰੀ ਲਾਫਾ ਕੀਤੀ ਸੀ ਨਾ ਮੈਂ ਫਿਰ ਬਹਿ ਕੇ ਅਗਲੋ ਜਾਵੇ ਨਹੀਂ ਕਿਹਾ ਚਲੀਏ ਫੂ ਫੂ ਕਰਦੀ ਵਧੀਆ ਕੀਤਾ ਇਹੋ ਜਿਹੀ ਨਾ ਇੱਦਾਂ ਹੀ ਚਾਹੀਦੀ ਆ ਇਹਦੇ ਨਾਲ ਮਿਲ ਕੇ ਸਾਨੂੰ ਖਾਣ ਦੀ ਵੀ ਸਾਨੂੰ ਬਣਾਇਆ ਤਾਂ ਦੇਣਾ ਆਡੀ ਬੁੱਢਰੀ ਆ ਕਹਿੰਦੀ ਚਾਹ ਪਾਣੀ ਨਾ ਪੁੱਛਿਆ ਉਹਨੂੰ ਆਈ ਨੂੰ ਤੇ ਹੁੰਦੀਆਂ ਲੱਗ ਪਈ ਆ ਨਾ ਬਖ ਦੁੱਧ 'ਚ ਪੱਤੀ ਪਾ ਕੇ ਪਿਆਉਣੀ ਆ ਰਲ ਮਿਲ ਕੇ ਘਰ ਜਾੜ ਦੇ ਕਹਿ ਕੋਈ ਗੱਲ ਨਹੀਂ ਤਗੜੀ ਆ ਤੇ ਤੁਰੀ ਆ ਮੈਂ ਚਾਹ ਕਦੇ ਇੱਧਰ ਹੋ ਜਾਂਦੀ ਕਦੇ ਉੱਧਰ ਹੋ ਜਾਂਦੀ ਚਾਹ ਪੁੱਛਣੀ ਇਹਨੂੰ चोरी पैसे लाए अगे पता नहीं किन्ने लेंदे होने पैसे तो हजारे ही लाए ही पर बदनामी तो खट ही लई ना अहीं कदे बीजी को एक रुपया नहीं लिया उदा मम्मी चुप कर ਐਵੇਂ ਨਾ ਰੋਈ ਜਾ ਮੰਮੀ ਚੁੱਪ ਕਰ ਐਵੇਂ ਨਾ ਰੋਈ ਜਾ ਗੌਰਵ ਗਰੀਬੀ ਦੇ ਮਾਂ ਪਿਓ ਦੇ ਘਰ ਵੀ ਵੇਖੀ ਪਰ ਇੰਨੀ ਬੇਵਸੀ ਜੀ ਨਹੀਂ ਵੇਖੀ ਮੇਰੇ ਤਾਂ ਐਂ ਲੱਗਦਾ ਜਿੱਦਾਂ ਗਰੀਬੀ ਹੱਥ ਧੋ ਕੇ ਪਿੱਛੇ ਹੀ ਪੈ ਗਈ ਆ ਦਿਨ ਕਦੀ ਮੁੜੇ ਹੀ ਨਹੀਂ ਵਿੱਚ ਜੇ ਹਲਾਰਾ ਆਇਆ ਸੀ ਜਦੋਂ ਤੂੰ ਨਿਕਲ ਜਾ
ਸਾਡਾ ਹੱਸਦਾ ਵੱਸਦਾ ਪਰਿਵਾਰ ਹੀ ਸਾਰੇ ਇਕੱਠੇ ਰਹਿੰਦੇ ਹੁੰਦੇ ਹਾਂ ਪਹਿਲੇ ਵੀ ਇੱਕੋ ਥਾਂ ਸੀ ਅਤੇ ਕਮਾਈ 'ਚ ਵੀ ਕੁਝ ਬਰਕਤ ਸੀ ਮੈਨੂੰ ਅੱਜ ਵੀ ਯਾਦ ਆ ਤੇਰੇ ਪਾਪਾ ਕੋਲ ਜਿਹੜਾ ਵੀ ਕੋਈ ਪੈਸੇ ਮੰਗਦਾ ਹੁੰਦਾ ਸੀ ਨਾ ਤਾਂ ਮੈਨੂੰ ਇੱਕੋ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜਾ ਚੱਲ ਕੇ ਮੰਗਣ ਹੀ ਆ ਗਿਆ ਨਾ ਪਿੱਛੇ ਕੀ ਰਹਿ ਗਿਆ ਥੋੜ੍ਹੇ ਆ ਬਹੁਤੇ ਜਿੰਨੇ ਹੈਗੇ ਦੇ ਜ਼ਰੂਰ ਕਿ ਇਹਨੂੰ ਮੋੜਨਾ ਨਹੀਂ ਸਮਝ ਨਹੀਂ ਆਉਂਦੀ ਵੀ ਰੱਬ ਕਿਹੜੇ ਬਦਲੇ ਲੈਣ ਦਿਆ ਜੇ ਆਮ ਬੰਦੇ ਵਾਲੇ ਵੇਖੀਏ ਤਾਂ ਇੰਨੇ ਪੈਸੇ ਕੁਛ ਵੀ ਨਹੀਂ ਆ ਚਲੋ ਸਾਡੇ ਕੋਲ ਤਾਂ ਹੈ ਨਹੀਂ ਤਾਂ ਸਾਨੂੰ ਤਾਂ ਇੱਦਾਂ ਲੱਗਦਾ ਵਾ ਵੀ ਜੇ ਤਾਂ ਅਸੀਂ ਪਤਾ ਨਹੀਂ ਲੱਖ ਰੁਪਈਏ ਦਾ ਲੋਨ ਚੁੱਕ ਕੇ ਕਿੰਨੇ ਕੁ ਪੈਸੇ ਚੁੱਕ ਲਏ ਆ ਪਤਾ ਨਹੀਂ ਰਿਸ਼ਤੇਦਾਰ ਭੈਣ ਭਰਾ ਵੀ ਕਿੱਦਾਂ ਦੇ ਹੋ ਗਏ ਆ ਬੇਰੁਖੇ ਜੇ ਲੈ ਤੁਸੀਂ ਫੋਨ ਨਹੀਂ ਕਰ ਦਿੰਦੇ ਕਿਉਂ ਆਪਣੇ ਘਰ ਨੂੰ ਜ਼ਰੂਰੀ ਫੋਨ ਕਰਨਾ ਉਹ ਨਹੀਂ ਮੈਂ ਸਬਜ਼ੀ ਵਧੀਆ ਬਣਾ ਲੈਂਦੀ ਮੈਂ ਤੇ ਨਿਊਟਰੀ ਜੀ ਬਣਾਈ ਬੈਠਾ ਪਾਣੀ ਲੈ ਮੈਂ ਚੱਲ ਜਾ ਉਹਨਾਂ ਅੱਛਾ ਪਾਣੀ ਲਿਆਵਾਂ ਨਾ ਰਹਿਣ ਦੇ ਪਾਣੀ ਪੀਤਾ ਮੈਂ ਨਾਲੇ ਫੋਨ ਕਰਦੇ ਤੇ ਮੁੰਡੇ ਨੂੰ ਮੈਂ ਗੌਰਵ ਨੂੰ ਆਂਦੀ ਵੀ ਚਾਚੀ ਆਪਣੇ ਲੈ ਜਾ ਕੇ ਉਹ ਮੇਰੀ ਬਾਸ ਹੀ ਮਿਲ ਗਈ ਅੱਡੇ ਸਿੱਧੀ ਅੱਛਾ ਅੱਛਾ ਮੈਂ ਮੁੰਡਾ ਮਿਲ ਪਿਆ ਪਿੰਡ ਦਾ ਆਪਣੇ ਅੱਛਾ ਉਹ ਬਿਠਾ ਲਿਆ ਮੈਨੂੰ ਉੱਥੇ ਤੱਕ ਉਹ ਕਰਦਾ ਕਹਿੰਦਾ ਬਤਾ ਦੇਣਾ ਵੀ ਠੀਕ ਉੱਧਰ ਨਹੀਂ ਗਏ ਨਹੀਂ ਉੱਧਰ ਨਹੀਂ ਮੈਂ ਲੰਘ ਗਿਆ ਸਿੱਧਾ ਚੱਲ ਜਾਣਾ ਨਹੀਂ ਕੋਈ ਨਾ ਠੀਕ ਆ ਨਾ ਮੈਨੂੰ ਦੱਸ ਦਿੰਦੇ ਫੋਨ ਕਰਕੇ ਤੇ ਮੈਂ ਪਨੀਰ ਪਨੂਰ ਬਣਾ ਲੈਂਦੀ ਆ ਹੋਟਲਾਂ ਦੀਆਂ ਸਬਜ਼ੀਆਂ ਖਾ ਖਾ ਕੇ ਤੇ ਅੰਦਰੋਂ ਹੀ ਮਨ ਕੇ ਆਣਾ ਕੀ ਬਣਾਇਆ ਮੈਂ ਤਾਂ ਨਿਊਟਰੀ ਬਣਾਈ ਆ ਕੋਈ ਨਹੀਂ ਵੀ ਖਾ ਲੈਣੀ ਨਿਊਟਰੀ ਦਾ ਕੋਈ ਨਹੀਂ ਨਾ ਹੋਰ ਕੀਤਾ ਮੁੰਡੇ ਨੇ ਕੰਮ ਸ਼ੁਰੂ ਲੈ ਕਿੱਥੇ ਜਿੱਦਣ ਦੇ ਤੁਸੀਂ ਗਏ ਕਿਤੇ ਉਹਨਾਂ ਦੇ ਨਾਂ ਨਹੀਂ ਲਿਆ ਕੰਮ ਦਾ ਮੈਨੂੰ ਤੇ ਐ ਲੱਗਣਾ ਜਿੱਦਾਂ ਪੈਸੇ ਪੂਕੇ ਖਾ ਗਏ ਸਾਰੇ ਰਲ ਮਿਲ ਕੇ ਕੋਈ ਨਾਂ ਨੂੰ ਨਹੀਂ ਉਹਨਾਂ ਲਿਆ ਨਹੀਂ ਪੈਸੇ ਦੇ ਮੁੰਡਾ ਨਹੀਂ ਖਾਣ ਵਾਲਾ ਪੈਸੇ ਦਾ ਮੁੰਡਾ ਸਾਂਭ ਕੇ ਰੱਖਦਾ ਉਹਦੇ ਰੁਪਈਆ ਨਹੀਂ ਫਾਲਤੂ ਕਰਦਾ ਇਹਨਾਂ ਮੈਨੂੰ ਪਤਾ ਹੋਗਾ ਕਿੰਨੇ ਦਿਨ ਦੀ ਛੁੱਟੀ ਦਿੱਤੀ ਇਹਨਾਂ ਨੇ ਬਾਹਰ ਦੋ ਤਿੰਨ ਦਿਨ ਤੇ ਮੇਰੀ ਸੁਣ ਲਓ ਗੱਲ ਧਿਆਨ ਨਾਲ ਬਾਰ ਬਾਰ ਨਾ ਮੈਨੂੰ ਕਹਿਣਾ ਪਵੇ ਤੇ ਮੇਰੇ ਪੇਕੇ ਤੁਸੀਂ ਜਦੋਂ ਪਿਛਲੀ ਵਾਰ ਆਏ ਉਦੋਂ ਵੀ ਨਹੀਂ ਕਹਿੰਦੇ ਅਰਕਾਂ ਜਾਣਾ ਵਾ ਦੋ ਦਿਨ ਰਹਿ ਕੇ ਆਉਣਾ ਗੁੱਸਾ ਕਰਦੇ ਆ ਕੋਈ ਨਹੀਂ ਜਾਵਾਂਗੇ ਹੁਣ ਰੋਟੀ ਖਾਣੀ ਕਿ ਚਾਹ ਪੀਣੀ ਦੱਸੋ ਚਾਹ ਪੀ ਲਓ ਫਿਰ ਮੁੰਡੇ ਲਓ ਚਾਹ ਬਣਾ ਲਾ ਕੋਟ ਮੁੰਡੇ ਲਓ ਮੈਂ ਕਰਾਂ ਹਾਂ ਉਧਰ ਤੇ ਜ਼ਰੂਰੀ ਜਾਣਾ ਉਧਰ ਤੇ ਜ਼ਰੂਰੀ ਹੀ ਜਾਓ ਨਾ ਹੁਣ ਕਿੱਥੇ ਚੱਲੇ ਜਾ ਕਰਨਾ ਬਣ ਕੇ ਕਿੱਥੇ ਤਿਆਰੀ ਹੋਣ ਡਈ ਆ ਮੈਂ ਉਧਰ ਚੱਲਾਂ ਵੀਰ ਵਾਲ ਗੋਰੋਂ ਨੂੰ ਪੁੱਛ ਕੇ ਆਵਾਂ ਦੁਕਾਨ ਦਾ ਕੀ ਚੱਕਰ ਹੋਣਾ ਆ ਜੇ ਦੋ ਦਿਨ ਆਉਂਦੇ ਹੁੰਦੇ ਨਾ ਤੇ ਘਰੇ ਟੇਕੇ ਕਿ ਤੇ ਮੇਰੇ ਲੱਗ ਵੀ ਬਹਿ ਜਾ ਕਰੋ ਆਉਂਦੇ ਉਧਰ ਤੁਰ ਪੈਂਦੇ ਜੇ ਉਹਨਾਂ ਨੇ ਕੋਈ ਹਲੇ ਸਲਾਹ ਨਹੀਂ ਦੁਕਾਨ ਦੀ ਤੁਸੀਂ ਘਰੇ ਪਵਾ ਕੇ ਛੱਡਣੀ ਲੈ ਹਾਂ ਕਿਦਾਂ ਦੀ ਗੱਲਾਂ ਕਰਦੀ ਆ ਲੋਨ ਲਿਆ ਅਗਲਿਆਂ ਨੇ ਪਤਾ ਤੇ ਕਰਕੇ ਆਵਾਂ ਸਲਾਹ ਕਿਉਂ ਨਹੀਂ ਆ ਸਲਾਹ ਕਰਨੀ ਦੁਕਾਨ ਖੋਲਣੀ ਨਹੀਂ ਉਹਨੇ ਆਹੋ ਜਾਓ ਤੁਸੀਂ ਕਿਹੜੀ ਮੇਰੀ ਮੰਨਣੀ ਹੁੰਦੀ ਆ ਮੰਨਣ ਨੂੰ ਮੈਂ ਕਿਹੜਾ ਉੱਥੇ ਰਹਿਣਾ ਪੁੱਛ ਕੇ ਤੇ ਆਵਾਂ ਦੋ ਤਿੰਨ ਦਿਨ ਬਾਅਦ ਆਇਆ ਮੈਂ ਵੀ ਕੰਮ ਸ਼ੁਰੂ ਨਹੀਂ ਕੀਤਾ ਦੁਕਾਨ ਉਦੋਂ ਹੀ ਬੰਦ ਪਈ ਉਹਨਾਂ ਦੇ ਉਦੋਂ ਦੀ ਕਿਤੇ ਗੱਲ ਛੇੜੀ ਨਹੀਂ ਦੁਕਾਨ ਦੀ ਤੁਸੀਂ ਪਤਾ ਤੇ ਲੱਗੇ ਕਾਤੇ ਨਹੀਂ ਛੇੜੀ ਜਾਓ ਪਵਾਓ ਜਾ ਕੇ ਦੁਕਾਨ ਤੁਹਾਡੇ ਤੋਂ ਬਗੈਰ ਥੋੜੀ ਇਹਨਾਂ ਕਰਨਾ ਵਾ ਦੇ ਆਓ ਫਿਰ ਹੈਗੇ ਚਾਰ ਗੌਰਵ ਸੌਦਾ ਤੇ ਸਾਰਾ ਮੁੱਕ ਗਿਆ ਥੋੜਾ ਥੋੜਾ ਰਹਿ ਗਿਆ ਏਦਾਂ ਕਰ ਸ਼ਾਮਾਂ ਨੂੰ ਥੋੜਾ ਜਿਹਾ ਸੌਦਾ ਹੀ ਲਾਇਆ ਪਿਛਲੇ ਪੈਸੇ ਇਹਦੇ ਦੇ ਆਵੀ ਤੇ ਗਾੜੀ ਲੈ ਆਵੀ ਮੰਮੀ ਪਰ ਪੈਸੇ ਤਾਂ ਲੈਣੇ ਮਿਲਨੇ ਆ ਦੁਕਾਨੋਂ ਜਿਹੜੀ ਚੀਜ਼ ਘਰ ਦੇ ਵਿੱਚ ਲੋੜ ਵਾ ਉਹ ਤੇ ਵਰਤਣੀ ਪੈਂਦੀ ਆ ਨਾ ਚੌਂਕੇ 'ਚ ਹਰ ਚੀਜ਼ ਚਾਹੀਦੀ ਆ ਜ਼ਿਆਦਾ ਤਾਂ ਨਹੀਂ ਮੈਂ ਕਹਿੰਦੀ ਪਰ ਜਿੰਨੀਆਂ ਕੁ ਚੀਜ਼ਾਂ ਦੀ ਲੋੜ ਵਾ ਨਾ ਥੋੜਾ ਥੋੜਾ ਸਮਾਨ ਲੈ ਆ ਚਲੋ ਕੋਈ ਨਹੀਂ ਮੈਂ ਲੈ ਆਉਂਗਾ ਸ਼ਾਮਾਂ ਨੂੰ ਗੌਰਵ ਚਾਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹਿ ਜਾਓ ਹੋਰ ਠੀਕ ਆ ਹਾਂਜੀ ਕਦੋਂ ਆਏ ਹੋ ਬਾ ਆਇਆ ਹੀ ਆ ਚਾਹ ਕੋ ਪੀ ਕੇ ਤੇ ਮੈਂ ਕਹਿੰਦਾ ਆਦੋਗੇ ਹੋਰ ਠੀਕ ਆ ਕੀ ਪਰ ਇਹ ਗੱਡੀ ਆ ਗੱਡੀ ਮੈਂ ਡਰਾਈਵਰ ਦੇ ਦੀ ਕੋ ਲੈ ਗਿਆ ਮੈਂ ਚੱਲ ਕਰਵਾਉਣਾ ਲੱਗ ਗਿਆ ਮੈਂ ਚੱਲ ਜਾਵਾਂ ਹਾਂ ਥੋੜੀ ਕਰੀਦਾ ਪੈਸੇ ਲੈ ਕੇ ਘਰੇ ਰੱਖੇ ਤੁਸੀਂ ਤੇ ਦੁਕਾਨ ਦੀ ਚਾਚੀ ਤੇਰੀ ਕਹਿੰਦੀ ਉਹਦਾ ਦੁਕਾਨ ਖੋਲੀ ਨੀ ਜੋ ਕੰਮ ਦੱਸ ਮੈਨੂੰ ਮੈਂ ਕਰਾਵਾਂ ਨਾਲ ਬੀਲੀ ਬੁੜੀਆਂ ਨਾਲ ਮਿਲ ਕੇ ਉਹ ਨਹੀਂ ਨਹੀਂ ਚਾਚਾ ਜੀ ਉਹ ਥੋੜਾ ਦੁਕਾਨ ਤੇ ਕੰਮ ਜਿਆ ਸੀ ਮੈਂ ਕਿਹਾ ਚੱਲ ਉਧਰੋਂ ਵਿਹਲੇ ਹੋ ਗਏ ਫਿਰ ਕਰਦੇ ਆ ਕੋਈ ਨਹੀਂ ਇੱਕ ਦੋ ਦਿਨ ਤੱਕ ਫੇਨੇ ਆ ਮਾਰ ਲੈਣਾ ਹੱਲਾ ਮਾਰਨਾ ਪੈਣਾ ਤਾਂ ਗੱਲ ਨਹੀਂ ਬਣਨੀ ਫਿਰ ਪੁੱਤ ਵਿਆਜ ਦਾ ਪਈ ਜਾਣਾ ਕਿਸ਼ਤ ਆਣੀ ਕਿਉਂਕਿ ਔਖਾ ਹੋਣਾ ਕੰਮ ਹਾਂਜੀ 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 ਪੈਸੇ ਢੇਲੇ ਥੋੜਦੇ ਆ ਤਾਂ ਮੈਨੂੰ ਦੱਸ ਕੋਈ ਗੱਲ ਹੈ ਤਾਂ ਦਿਲ ਦੀ ਦੱਸ ਨਹੀਂ ਨਹੀਂ ਪੈਸਿਆਂ ਦਾ ਤਾਂ ਕੋਈ ਚੱਕਰ ਨਹੀਂ ਆ
ਬਸ ਦੁਕਾਨ ਤੇ ਕਹਿੰਦਾ ਕੰਮ ਜ਼ਿਆਦਾ ਆਇਆ ਸੀ ਫਿਰ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਇਹਦੇ ਸਿਰ ਤੇ ਛੁੱਟੀ ਆ ਚਲੋ ਵੀ ਜ਼ਰੂਰੀ ਆ ਪਰ ਉਹਨੂੰ ਦੱਸਣਾ ਵੀ ਭਾਜੀ ਮੈਂ ਦੁਕਾਨ ਖੋਲਣੀ ਆ ਮੈਨੂੰ ਥੋੜਾ ਟਾਈਮ ਦਿਓ ਮੇਰੇ ਨਾਲ ਲੱਗੋ ਨਾਲ ਲਵਾ ਦਾ ਉਹਨੂੰ ਤੂੰ ਇਦਾਂ ਕਰ ਕੱਲ ਨੂੰ ਮੈਂ ਵਿਹਲਾ ਹੀ ਆ ਮੇਰੇ ਨਾਲ ਚੱਲ ਮੈਂ ਚੱਲਦਾ ਤੇਰੇ ਨਾਲ ਸਮਾਨ ਲੈਣ ਕਿੱਥੋਂ ਆਉਂਦਾ ਸਮਾਨ ਦੱਸ ਮੈਨੂੰ ਲੈ ਕੇ ਆਈਏ ਚਾਚਾ ਜੀ ਦੁਕਾਨ ਤੇ ਨਾ ਹਲੇ ਕੰਮ ਬੜਾ ਵਾ ਤੇ ਭਾਜੀ ਨੇ ਛੁੱਟੀ ਨਹੀਂ ਦੇਣੀ ਤੇ ਕੋਈ ਨਹੀਂ ਤੁਸੀਂ ਆਏ ਨਾਲੇ ਦੋ ਤਿੰਨ ਦਿਨ ਰੈਸਟ ਕਰੋ ਐਵੇਂ ਮੇਰੇ ਨਾਲ ਭੱਜੇ ਫਿਰਦੇ ਜੇ ਕੋਈ ਨਹੀਂ ਸਮਾਨ ਲੈ ਆਉਣਾ ਵਾ ਆਪਾਂ ਕੰਮ ਦਾ ਜ਼ੋਰ ਬੜਾ ਜੇ ਦੁਕਾਨ ਤੇ ਫਿਰ ਅਗਲਿਆਂ ਨੂੰ ਤਾਂ ਜਵਾਬ ਦਿੰਦੇ ਚੰਗੇ ਲੱਗੀ ਦਾ ਉਹਨਾਂ ਦਾ ਕੰਮ ਇੱਕ ਵਾਰੀ ਨਿਕਲ ਜੇ ਉਹਨਾਂ ਕੰਮ ਫੜਿਆ ਕਿਸੇ ਦਾ ਫਿਰ ਫ੍ਰੀ ਹੋ ਕੇ ਲੈ ਆਊਗਾ ਸਮਾਨ ਉਹ ਕੋਈ ਨਹੀਂ ਮੈਂ ਗੱਲ ਕਰਦਾ ਉਹਨਾਂ ਸਾਹ ਦੇਣ ਦਾ ਕੰਮ ਆ ਮੈਂ ਉਹਨੂੰ ਕਹਿੰਦਾ ਭੇਜ ਦੇ ਇੱਕ ਦਿਨ ਨਾਲ ਤੇ ਸਮਾਨ ਲਿਆਈਏ ਨਹੀਂ ਨਹੀਂ ਚਾਚਾ ਜੀ ਚੰਗੇ ਨਹੀਂ ਲੱਗੀਦਾ ਉਹ ਨਗਲਿਆਂ ਨਾਲ ਜ਼ਮਾਨ ਕੀਤੀ ਆ ਉਹਨਾਂ ਕਹਿਣਾ ਦੁਕਾਨ ਦਾ ਕੰਮ ਛੱਡ ਕੇ ਤੇ ਆਪਣੇ ਕੰਮਾਂ ਨੂੰ ਭੱਜਾ ਫਿਰਦਾ ਵਾ ਕੋਈ ਨਹੀਂ ਦੋ ਚਾਰ ਦਿਨ ਰੁਕ ਜਾਂਦੇ ਆ ਮੈਂ ਕੋਈ ਬਹਾਨਾ ਨਹੀਂ ਸੁਣਨਾ ਸਵੇਰੇ ਮੈਂ ਆਊਂਗਾ ਬੰਦੇ ਆਊਂ ਮੇਰੇ ਨਾਲ ਤੁਰ ਤੇ ਜਾ ਕੇ ਸਮਾਨ ਲਿਆਈਏ ਠੀਕ ਆ ਮੰਮੀ ਹੁਣ